ਅਸਲਾਮ ਵਾਲੇਕੁਮ ਲੋ ਜੀ, ਤੁਸੀਂ ਦੇਖ ਰਹੇ ਪੰਜਾਬੀ ਚੈਨਲ। ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅੱਜ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ। ਲਓ ਜੀ, ਜਿਵੇਂ ਤੁਹਾਨੂੰ ਪਤਾ ਕਿ ਅੱਜ ਬਹੁਤ ਹੀ ਵੱਡਾ ਦਿਨ ਸੀ। ਹਾਂਜੀ, ਅੱਜ ਇੱਕ ਜਸ਼ਨ ਦਾ ਸਮਾਂ ਹੋਇਆ ਪਿਆ ਸੀ। ਬੜੇ ਦਿਨਾਂ ਤੋਂ ਅਸੀਂ ਵੀ, ਤੁਸੀਂ ਕਹਿ ਲਓ ਕਿ ਮਾਈ ਨੂੰ ਰਗੜ ਰਗੜ ਕੇ, ਹਾਂਜੀ ਹਾਂਜੀ, ਮਾਈ ਤੰਦੂਰ ਵਾਲੇ ਨੂੰ ਉਹ ਥੋੜ੍ਹੀ ਜਿਹੀ ਬੋਰੀਅਤ ਜਿਹੀ ਹੋਣ ਲੱਗ ਗਈ ਸੀ ਅਤੇ ਕੋਈ ਨਵੀਂ ਚੀਜ਼ ਆ ਨਹੀਂ ਸੀ ਰਹੀ। ਅਤੇ ਅਚਾਨਕ ਹੀ ਅੱਜ ਇੱਕ ਸ਼ਾਹਕਾਰ ਨਮੂਦਾਰ ਹੋਇਆ। ਹਾਂਜੀ, ਔਰ ਸ਼ਾਹਕਾਰ ਤੁਸੀਂ ਸਾਰੇ ਜਾਣਦੇ ਹੋ। ਡੀਜੇ ਬਾਬੂ ਆਏ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੈਂ ਗਿਆ ਬਾਬਾ ਜੀ ਕੋਲ। ਅਤੇ ਜਿਵੇਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਅਤੇ ਬਾਬਾ ਜੀ ਲੱਭ ਨਹੀਂ ਰਹੇ ਸੀ, ਨਜ਼ਰ ਨਹੀਂ ਆ ਰਹੇ ਸੀ ਕਿੱਧਰ ਗਏ। ਅਤੇ ਮੈਂ ਬਾਅਦ 'ਚ ਜਾ ਕੇ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿੱਧਰ ਸੀ? ਬਾਬੇ ਕਹਿੰਦੇ ਮੈਂ ਜ਼ਰਾ ਗਿਆ ਸੀ ਪ੍ਰੈਸ ਕਾਨਫਰੰਸ ਦੇਖਣ। ਮੈਂ ਕਿਹਾ ਉਹ ਹੋ ਲਾਈਵ ਦੇਖੀ ਬਾਬਾ ਜੀ ਤੁਸੀਂ? ਬਾਬੇ ਕਹਿੰਦੇ ਬਿਲਕੁਲ ਲਾਈਵ ਦੇਖੀ। ਮੈਂ ਕਿਹਾ ਬਾਬਾ ਜੀ ਫਿਰ ਕੀ ਹੋ ਰਿਹਾ ਸੀ ਉੱਥੇ? ਬਾਬਾ ਜੀ ਕਹਿੰਦੇ ਕੁਛ ਨਹੀਂ, ਜੋ ਗੱਲਾਂ ਬਾਤਾਂ ਹੋਈਆਂ। ਬਾਬੇ ਕਹਿੰਦੇ ਮੇਰਾ ਹਾਸਾ ਨਹੀਂ ਰੁਕਦਾ ਸੀ। ਬਾਬਾ ਜੀ ਆ ਰਹੇ ਕਿ? ਬਾਬੇ ਕਹਿੰਦੇ ਹਾਂ, ਹਾਸਾ ਹੱਸ ਵੱਖੀਆਂ ਦੂਰੀਆਂ ਹੋਈਆਂ। ਨਾਲ ਬੰਦਾ ਬੈਠਾ ਸੀ, ਉਹ ਕਹਿਣ ਲੱਗਾ ਬਾਬਾ ਜੀ ਇਹ ਨੰਗਾ ਕਰਕੇ ਮਾਰਦੇ ਨੇ ਨਾ, ਸੋ ਪਤਾ ਲਾਈਏਗਾ ਉਹਨਾਂ ਨੂੰ। ਉਹ ਕਹਿਣ ਲੱਗਾ ਅਸੀਂ ਸਾਰੇ ਹੱਸਣ ਦੇ ਅੰਦਰੋਂ, ਹਾਂ ਲੇਕਿਨ ਬਾਹਰ ਨਹੀਂ ਹੱਸਣਾ। ਜੋ ਗੱਲਾਂ ਕੀਤੀਆਂ ਤੁਹਾਨੂੰ ਪਤਾ ਲੱਗ ਗਈਆਂ ਹੋਣੀਆਂ ਨੇ ਕੀ ਗੱਲਾਂ ਹੋਈਆਂ। ਮੈਂ ਕਿਹਾ ਅੱਛਾ ਬਾਬਾ ਜੀ, ਚਲੋ ਉਹ ਕੀ ਕਰਨ ਆਏ ਸੀ ਫਿਰ ਡੀਜੇ ਬਾਬੂ ਸਾਹਿਬ? ਅਤੇ ਬਾਬਾ ਜੀ ਕਹਿੰਦੇ ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਵੀ ਕੀ ਕਰਨ ਆਇਆ ਮੁੰਡਿਆ? ਹਾਂ, ਬਾਬਾ ਜੀ ਦਾ ਸਟਾਈਲ ਹੈ ਨਾ ਤੁਹਾਨੂੰ ਪਤਾ। ਫਿਰ ਅਤੇ ਉਹ ਕਹਿਣ ਲੱਗਾ ਕਿ ਜੋ ਬਚਾ ਥਾ ਵੋ ਲੁਟਾਨੇ ਕੇ ਲੀਏ ਆਏ ਹੈ, ਆਖਰੀ ਗੀਤ ਸੁਣਾਨੇ ਕੇ ਲੀਏ ਆਏ ਹੈ। ਓਏ ਮੈਂ ਕਿਹਾ ਬਾਬਾ ਜੀ ਆਖਰੀ ਗੀਤ ਸੁਣਾਉਣ ਆਏ ਸੀ? ਹਾਂਜੀ, ਨਈਅਤ ਹੀ ਇਹਨਾਂ ਦੀ ਡੁੱਬੀ ਪਈ ਹੈ, ਵਿਹੜੇ ਇਹਨਾਂ ਦੇ ਗਰਕ ਹੋਏ ਪਏ ਨੇ, ਖਾਣ ਡੀਲ ਦੇਣ ਨਹੀਂ ਡਿਆ ਕੋਈ ਅੰਦਰ। ਹਾਂ, ਔਰ ਆਖਰੀ ਕੋਸ਼ਿਸ਼ ਇਹਨਾਂ ਨੇ ਕਰਕੇ ਦੇਖੀ ਪਹਿਲੇ ਵੀ ਕਿ ਖਾਨ ਕਿਸੇ ਤਰ੍ਹਾਂ ਮੰਨ ਜਾਏ। ਖਾਨ ਕਹਿੰਦਾ ਨਾ, ਮਾਫ਼ੀ ਤਾਂ ਮੰਗਣੀ ਪੈਣੀ ਤੁਹਾਨੂੰ। ਅਤੇ ਹੁਣ ਉਲਟੇ ਹੋ ਕੇ ਆ ਗਏ ਅਤੇ ਆਖਰੀ ਗੀਤ ਸੁਣਾ। ਮੈਂ ਕਿਹਾ ਬਾਬਾ ਜੀ ਉਹ ਗੀਤ ਕਿਹੜਾ ਸੀ? ਬਾਬਾ ਜੀ ਕਹਿੰਦੇ ਗੀਤ ਕੀ ਹੋਣਾ? ਆਹ ਗੀਤ ਸੀ ਉਹ। ਓ ਵਾਹ 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 ਵਾਹ, ਉਹ ਬੱਲੇ 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 ਬੱਲੇ, ਕਮਾਲ। ਮੈਂ ਕਿਹਾ ਬਾਬਾ ਜੀ ਇਹ ਤਾਂ ਕਮਾਲ ਹੀ ਕਰ ਦਿੱਤਾ। ਬਾਬਾ ਜੀ ਕਹਿੰਦੇ ਹਾਂ, ਤਾਂ ਹੀ ਤਾਂ ਹੱਸ ਹੱਸ ਕੇ ਵੱਖੀਆਂ ਦੂਰੀਆਂ ਹੋਈ ਜਾਂਦੀਆਂ ਸੀ। ਆਹ ਬੀਰ ਜੀ ਵਜਾਈ ਜਾਂਦੇ ਸੀ ਉੱਥੇ ਇੱਕੋ ਹੀ, ਨੌ ਮਈ ਨੌ ਮਈ ਨੌ ਮਈ। ਬਾਬਾ ਜੀ ਕਹਿੰਦੇ ਉਹ ਸਾਰਿਆਂ ਨੂੰ ਪਤਾ ਯਾਰ, ਹਾਂ ਆਖਦੇ ਇਹਨਾਂ ਦਾ ਡਰਾਮਾ ਬਈ। ਇੰਨੇ ਤੁਸੀਂ ਸੱਚੇ ਤਾਂ ਲਿਆਓ, ਸੀ ਸੀ ਟੀ ਵੀ ਫੋਟੋ 'ਚ ਕੱਢੋ ਕਿੰਨੇ ਚੋਰੀ ਕੀਤੀ ਹੈ ਤੁਹਾਡੇ ਕੋਲ, ਕਿਹੜਾ ਚੋਰੀ? ਤੁਹਾਡੇ ਤੋਂ ਵੱਡਾ ਕੌਣ ਆ ਹਾਂ ਜਿਹੜਾ ਸੀ ਸੀ ਟੀ ਵੀ ਫੋਟੋ 'ਚ ਗੈਬ ਕਰ ਸਕਦਾ ਹੈ? ਹਾਂਜੀ ਬਈ, ਤੁਸੀਂ ਗੈਬ ਕੀਤੀ ਹੈ, ਉਹ ਕੱਢੋ ਦਿਖਾਓ ਆਵਾਮ ਨੂੰ, ਤਾਂ ਪਤਾ ਲੱਗੇ ਵੀ ਉਹ ਕੌਣ ਸੀਗੇ ਜਿਹੜੇ ਬੁਲਾਉਂਦੇ ਸੀਗੇ ਬਾਹਰ ਖੜੇ ਕੇ ਆ ਜਾਓ ਆ ਜਾਓ, ਅੰਦਰ ਨਿਆਜ਼ ਵੰਡੀ ਜਾ ਰਹੀ ਹੈ, ਮੁਫਤ ਦੀਆਂ ਰੋਟੀਆਂ ਲੱਭ ਰਹੀਆਂ, ਆ ਜਾਓ ਅੰਦਰੋਂ ਲੈ ਲਓ ਜਾ ਕੇ। ਉਹ ਕੌਣ ਲੋਕ ਸੀਗੇ? ਉਹ ਤਾਂ ਨਹੀਂ ਫੜੇ ਗਏ ਅੱਜ ਤੀਕਰ ਹੈ। ਔਰ ਬਾਬਾ ਜੀ ਕਹਿੰਦੇ ਉਹ ਕੌਣ ਸੀਗੇ? ਉਹ ਜਿਹੜੇ ਟਰੱਕਾਂ 'ਚ ਉਤਰਦੇ ਸੀਗੇ, ਦੜਾ ਦੜ ਉਤਰੀ ਜਾ ਰਹੇ ਸੀ ਟਰੱਕਾਂ ਤੋਂ। ਬਾਬੇ ਕਹਿੰਦੇ ਸਾਰੇ ਹੀ ਪਤਾ, ਉਹ ਸਾਰਾ ਸੀ ਸੀ ਟੀ ਵੀ 'ਚ ਰਿਕਾਰਡ ਆ ਬਈ, ਉਹ ਦਿਓ ਆਵਾਮ ਨੂੰ। ਹਾਂ ਅਤੇ ਦੱਸੋ ਫਿਰ ਕਿ ਕੌਣ ਸੀ ਅਤੇ ਕੌਣ ਨਹੀਂ? ਬਾਬੇ ਕਹਿੰਦੇ ਐਵੇਂ ਜਿਹੜਾ ਨੇ ਟੋਪੀ ਡਰਾਮਾ ਲਾਇਆ। ਬਾਬਾ ਜੀ ਕਹਿੰਦੇ ਐਕਚੁਲੀ ਗੱਲ ਜਿਹੜੀ ਉਹ ਇਹ ਆ ਕਿ ਬਈ ਛਿੱਤਰ ਖਾਣ ਦਾ ਵੀ ਨਸ਼ਾ ਹੁੰਦਾ। ਮੈਂ ਕਿਹਾ ਬਾਬਾ ਜੀ ਅੱਜ ਤੁਸੀਂ ਫੱਟੀਆਂ ਖੇਡ ਕੇ ਰੱਖ ਦਿੱਤੀਆਂ ਲੈਣ ਦੀਆਂ। ਬਾਬਾ ਜੀ ਕਹਿੰਦੇ ਕਾਹਦੀ ਲੈਣ ਬਈ?
ਅਗਲਿਆਂ ਨੇ ਪੂਰੀ ਫੁੱਲ ਟੌਸ ਦਿੱਤੀ ਆ, ਬੰਦਾ ਛਿੱਕਾ ਵੀ ਨਾ ਮਾਰੇ। ਮੈਂ ਕਿਹਾ ਬਾਬਾ ਜੀ ਫੁੱਲ ਟੌਸ ਦਿੱਤੀ? ਬਾਬੇ ਕਹਿੰਦੇ ਹਾਂ ਮੈਂ ਬਣਾ ਲਈ, ਮਾਰਿਆ ਉਹਨਾਂ ਨੇ ਬਾਉਂਸਰ ਸੀ, ਪਰ ਅੱਗੇ ਖਾਨ ਦੇ ਖਿਡਾਰੀ ਨੇ, ਹਾਂ ਖਾਨ ਦੇ ਟ੍ਰੇਨ ਕੀਤੇ, ਉਹਨਾਂ ਨੂੰ ਪਤਾ ਕਿ ਵੀ ਬਾਉਂਸਰ ਨੂੰ ਫੁੱਲ ਟਾਸ ਬਣਾ ਕੇ ਛਿੱਕਾ ਕਿਵੇਂ ਮਾਰਨਾ। ਉਹ ਬਾਬਾ ਜੀ ਕਹਿੰਦੇ ਬਸ ਤੂੰ ਕਹਿ ਲੈ ਕਿ ਰੱਬੋ ਆਈ ਸੀ ਇਹਨਾਂ ਦੀ, ਹਾਂ ਇਹ ਨਿਕਲਾ ਬਾਹਰ ਅੱਜ। ਬਾਬਾ ਜੀ ਕਹਿੰਦੇ ਇੰਨਾ ਅਰਸਾ ਹੋ ਗਿਆ ਸੀ, ਮੈਂ ਤਾਂ ਪੈਡ ਪੂਡ ਕਰਕੇ ਕਰੀਸ 'ਤੇ ਖੜ੍ਹਾ ਸੀ ਬੱਲਾ ਪੜ ਕੇ, ਹਾਂ ਅੱਗੇ ਨਾ ਬੋਲਰ ਸੀ ਨਾ ਬੋਲ। ਬਾਬਾ ਜੀ ਕਹਿੰਦੇ ਅੱਜ ਦੇਖ ਲਾ ਆਇਆ ਬੋਲਰ, ਅਗਲੇ ਨੇ ਬੋਲ ਕਰਾਈ ਆ ਅਤੇ ਹੁਣ ਅਸੀਂ ਛਿੱਕਾ ਵੀ ਨਾ ਮਾਰੀਏ, ਆਹ ਤਾਂ ਜ਼ਿਆਦਤੀ ਹੈ। ਬਾਬੇ ਕਹਿੰਦੇ ਉਹ ਤਾਂ ਮਾਰਨਾ ਪੈਣਾ ਵਾ। ਆਹ ਬਾਬੇ ਕਹਿੰਦੇ ਉਹ ਚਵਲਾਂ ਮਾਰੀਆਂ ਨੇ। ਮੈਂ ਬਾਬਾ ਜੀ ਤੇਰਾ ਅਹਿਤਿਆਤ ਕਰ ਲਓ। ਬਾਬੇ ਕਹਿੰਦੇ ਉਹ ਅਹਿਤਿਆਤ ਸੀ ਕੀ ਕਰਨੀ, ਇਹ ਬੜੀ ਅਹਿਤਿਆਤ ਕਰਦੇ ਆ, ਹਾਂ ਸਿੱਧਾ ਕਹੀ ਜਾ ਰਿਹਾ। ਉਹ ਬਈ ਐਡੀ ਵੱਡੀ ਪਾਰਟੀ, ਹਾਂ ਪੂਰੇ ਪਾਕਿਸਤਾਨ ਦੀ, ਜਿਸ ਨੇ ਇਲੈਕਸ਼ਨ ਜਿੱਤਿਆ ਸਾਰਾ, ਹਾਂ ਉਹਨੂੰ ਕਹੀ ਜਾਂਦਾ ਕਿ ਇੰਤਸ਼ਾਰ ਪਾਰਟੀ, ਇੰਤਸ਼ਾਰ ਪਾਰਟੀ। ਬਾਬੇ ਕਹਿੰਦੇ ਸ਼ਰਮ ਨਹੀਂ ਆਉਂਦੀ, ਗੈਰਤ ਨਹੀਂ ਆਉਂਦੀ ਇਹਨਾਂ ਨੂੰ, ਇਹ ਪੁਰਾਣੇ ਬਾਬੇ ਫਸੇ ਆ, ਪਤਾ ਨਹੀਂ ਕਿਹੜਾ ਨਸ਼ਾ ਕਰਕੇ ਆ ਜਾਂਦੇ। ਭਾਈ ਮੇਰੇ ਵੱਲੋਂ ਮਾਜ਼ਰਤ, ਅੱਜ ਬਾਬਾ ਜੀ ਬਹੁਤ ਗਰਮ ਨੇ, ਬਾਬਾ ਜੀ ਤਪੇ ਪਏ ਨੇ, ਹਾਂ ਬਾਬਾ ਜੀ ਨਹੀਂ ਮੁੜਦੇ ਅੱਜ। ਬਾਬਾ ਜੀ ਕਹਿੰਦੇ ਬਈ ਉਹ ਇਹਨਾਂ ਨੇ ਗੰਦ ਮਾਰਿਆ, ਬਈ ਦੇਖੋ ਐਡੀ ਵੱਡੀ ਪਾਰਟੀ, ਤੁਸੀਂ ਕਹੀ ਜਾਂਦੇ ਆ ਬਈ ਇੰਤਸ਼ਾਰ ਇੰਤਸ਼ਾਰ, ਉਹ ਭਾਈ ਸਾਰੀ ਆਵਾਮ ਨੇ ਵੋਟ ਦਿੱਤਾ ਉਹਨੂੰ, ਹਾਂ ਡੱਬੇ ਤੁਸੀਂ ਬਦਲੇ, ਫਾਰਮ 47 ਤੁਹਾਨੂੰ ਦੇਖਿਆ ਗਿਆ ਕੈਮਰਿਆਂ 'ਚ, ਹਾਂਜੀ ਰਿਕਾਰਡ ਆ ਕਿ ਆ ਕੇ ਡੱਬੇ ਬਦਲੇ ਤੁਸੀਂ, ਵੋਟ ਪਾਏ ਵਿੱਚ ਫਾਰਮ, ਫਿਰ ਵੀ ਜਿੱਤ ਗਏ, ਹਾਂ ਖਾਨ ਦੀ ਪਾਰਟੀ ਫਿਰ ਜਿੱਤ ਗਈ, ਲੋਕ ਆਵਾਮ ਜਿੱਤ ਗਈ, ਫਿਰ ਉਹਨਾਂ ਨੇ 47 ਬਣਾਏ, ਹਾਂ ਅੱਜ ਵੀ ਰਿਕਾਰਡ ਆ 45 ਫਾਰਮ ਦਾ ਅਤੇ 47 ਦਾ ਫਰਕ ਆ। ਬਾਬਾ ਜੀ ਕਹਿੰਦੇ ਅਜੀਬ, ਬਸ ਉਹੀ ਹੈ ਨਾ ਬਾਬਾ ਜੀ ਕਹਿੰਦੇ ਨਸ਼ਾ ਹੁੰਦਾ ਛਿੱਤਰ ਖਾਣ ਦਾ। ਬਾਬਾ ਜੀ ਕਹਿੰਦੇ ਬੰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ, ਜਿੰਨਾ ਮਰਜ਼ੀ ਜ਼ਬਤ ਕਰ ਲਵੇ, ਕਿੰਨੀ ਕੁ ਦੇਰ ਕਰ ਲੂਗਾ, 6 ਮਹੀਨੇ ਸਾਲ, ਫਿਰ ਮੁੜ ਕੇ ਹਾਂਜੀ ਆ ਜਾਂਦੇ ਆ ਖਾਣ ਵਾਸਤੇ। ਮੈਂ ਕਿਹਾ ਬਾਬਾ ਜੀ ਉਹ ਤਾਂ ਗੱਲ ਠੀਕ ਹੈ, ਹਾਂ ਮੈਂ ਮਤਲਬ ਕਿ ਉਹ ਠੀਕ ਹੀ ਹੋਏਗੀ ਜੋ ਤੁਸੀਂ ਕਹਿੰਦੇ ਹੋ, ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰ ਰਿਹਾ, ਹਾਂ ਇਹ ਤਾਂ ਡਾਲਾ ਮੈਨੂੰ ਚੁੱਕ ਕੇ ਲਏ, ਹਾਂ ਮੈਂ ਕਹਿੰਦੀ ਬਾਬਾ ਜੀ ਤੁਸੀਂ ਠੀਕ ਕਹਿ ਰਹੇ ਹੋਗੇ, ਲੇਕਿਨ ਬਾਬਾ ਜੀ ਅਸਲ ਮਸਲਾ ਦੱਸੋ, ਮੁੱਦਾ ਹੈ ਕੀ ਹੁਣ, ਪ੍ਰੋਬਲਮ ਕਿੱਥੇ ਆਈ ਆ? ਆਹ ਮਤਲਬ ਜਿੱਦਾਂ ਤੁਸੀਂ ਕਹਿੰਦੇ ਆ ਕਾ ਛਿੱਤਰ ਛਿੱਤਰ ਖਾਣ ਆ ਗਏ, ਮੈਂ ਤਾਂ ਇਹ ਖਾ ਕੇ ਕੀ ਪੰਗਾ ਕੀ ਸੀ? ਬਾਬਾ ਜੀ ਕਹਿੰਦੇ ਪੰਗਾ ਕੀ ਹੋਣਾ, ਇਹਨਾਂ ਨੇ ਟੇਲੇ ਦਾ ਜ਼ੋਰ ਲਾ ਲਿਆ, ਨਾ ਆਵਾਮ ਟੁੱਟੀ, ਹਾਂਜੀ ਨਾ ਇਹਨਾਂ ਨੇ ਟੇਲੇ ਦੇ ਬਿਆਨੀਏ ਬਣਾ ਲਏ, ਜੋ ਝੂਠ ਸੀ ਮੁਗਲਜ਼ਾਦ ਸੀ ਇਹਨਾਂ ਨੇ ਬਣਾ, ਬਈ ਆਵਾਮ ਅੰਨੀ ਆ, ਸਾਨੂੰ ਨਜ਼ਰ ਨਹੀਂ ਆਉਂਦਾ ਕਿੱਦਾਂ ਡਾਲੇ ਆਉਂਦੇ ਆ, ਚੱਕ ਕੇ ਲੈ ਜਾਂਦੇ ਆ, ਮਾਵਾਂ ਭੈਣਾਂ ਅੱਜ ਸਾਰੀਆਂ ਜੇਲ੍ਹ 'ਚ ਪਈਆਂ, ਕਿੰਨੇ ਪਾਈਆਂ, ਹੈਂ 26 ਕਾਰਕੁਨ ਜਿਹੜੇ ਆ ਉਸ ਦਿਨ ਉਹਨਾਂ ਨੂੰ ਸਿੱਧੇ ਫੈਰ ਮਾਰੇ ਗਏ, ਉਹ ਕਿੰਨੇ ਮਾਰੇ ਆ ਵੀ, ਹੈਂ ਸਾਨੂੰ ਨਜ਼ਰ ਨਹੀਂ ਆਉਂਦਾ, ਸਾਰਾ ਕੁਛ ਨਜ਼ਰ ਆਉਂਦਾ, ਇਹ ਆ ਜਾਂਦੇ ਮੂੰਹ ਚੁੱਕ ਕੇ ਬਿਆਨੀਆਂ ਬਣਾਉਣ ਵਾਸਤੇ, ਘਿਸਿਆ ਪਟਿਆ ਬਿਰਿਆਨੀਆਂ ਇਹਨਾਂ ਦੀਆਂ, ਜਿਹੋ ਜਿਹੇ ਘਿਸੇ ਪਿੱਟੇ ਆਪ ਨੇ ਉਹ ਜਿਹਾ ਇਹਨਾਂ ਦਾ। ਮੈਂ ਕਿਹਾ ਬਾਬਾ ਜੀ ਨਹੀਂ ਮੁੜਦੇ ਅੱਜ ਸਾਹਿਬ, ਅੱਜ ਮੈਂ ਪ੍ਰੋਗਰਾਮ ਨੂੰ ਖਤਮ ਕਰਨਾ ਪੈਣਾ ਪਹਿਲੇ, ਬਾਬਾ ਜੀ ਨੇ ਗੇਮ ਚੱਕੀ ਫੱਟੇ ਚੱਕ ਕੇ ਰੱਖ ਦੇਣੇ ਬਾਬਾ ਜੀ ਨੇ ਅੱਜ। ਮੈਂ ਕਿਹਾ ਬਾਬਾ ਜੀ ਮੈਂ ਤੁਹਾਨੂੰ ਮਾਈਕ ਨਹੀਂ ਦੇਣਾ, ਤੁਸੀਂ ਅੱਜ ਬਹੁਤ ਗੁੱਸੇ 'ਚ। ਬਾਬਾ ਜੀ ਕਹਿੰਦੇ ਨਹੀਂ ਇਹ ਦੇਣਾ ਨਾ, ਇਹ ਕੰਮ ਠੀਕ ਨਹੀਂ ਗਾ, ਇਹ ਸਾਨੂੰ ਜਿਹੜਾ ਸਮਝਦੇ ਬੇਵਕੂਫ ਆ ਆਵਾਮ, ਹਾਂ ਇਹ ਆ ਕੇ ਜੋ ਕਹਿਣਗੇ ਅਸੀਂ ਮੰਨ ਲਵਾਂਗੇ ਜੀ ਜੀ ਕਰਕੇ। ਅੱਗੇ ਉਹ 4 ਲਿਫਾਫੇ ਬਿਠਾਏ ਹੋਏ, ਬਾਬਾ ਜੀ ਕਹਿੰਦੇ ਮੈਨੂੰ ਬੋਲਣ ਹੀ ਨਹੀਂ ਦਿੱਤਾ, ਮੈਂ ਕਿਹਾ ਵੀ ਮੈਨੂੰ ਬੋਲਣ ਦੇ, ਮੈਂ ਸਵਾਲ ਪੁੱਛਾਂ। ਉਹ ਕਹਿਣ ਲੱਗਾ ਨਹੀਂ ਬਾਬਾ ਜੀ, ਹਾਂ ਤੁਸੀਂ ਨਾ ਬੋਲੋ, ਤੁਸੀਂ ਸਵਾਲ ਘੱਟ ਕਰਨਾ ਅਤੇ ਜੂਤ ਜ਼ਿਆਦਾ ਫੇਰਨੇ ਨੇ, ਹਾਂਜੀ ਪਿਆਸ ਕਰਕੇ ਰਹਿਣ ਦਿਓ ਤੁਸੀਂ। ਬਾਬਾ ਜੀ ਕਹਿੰਦੇ ਹੋਰ ਕਈ ਸਾਫੀ ਸੀ, ਉਹਨਾਂ ਕੋਲ ਬੁਲਾ ਕੇ ਪੁੱਛਦੇ, ਇਹ ਟੋਪੀ ਡਰਾਮਾ ਲਾਇਆ ਉੱਥੇ, ਵੀਡੀਓ ਚਲਾਈ 9 ਮਈ ਦੀ, ਲਓ ਜੀ ਇਹ ਹੋਇਆ,
ਹਾਂਜੀ ਐਡੇ ਤੁਸੀਂ ਕਹਿੰਦੇ ਜੀ ਸਭ ਤੋਂ ਪਹਿਲੇ ਆ ਕੇ ਕਿਹਾ ਜੀ ਕਿ ਇਹ ਸਿਆਸੀ ਜਿਹੜੀ ਨਾ ਪ੍ਰੈਸ ਕਾਨਫਰੰਸ ਨਹੀਂ ਹੈ, ਹਾਂਜੀ ਆਪਣੀ ਅਸੀਂ ਕਰਨ ਲੱਗੇ ਹਾਂ, ਅਤੇ ਐਂਡ ਦੇ ਵਿੱਚ 10 ਮਿੰਟ ਦੀ ਵੀਡੀਓ ਬਹੁਤ ਕਿਸਨੇ ਬਣਾਈ ਸੀ ਉਹਨੇ ਵੀਡੀਓ, ਬਾਬਾ ਜੀ ਕੁਛ ਕਹਿਣ ਲੱਗੇ ਸੀ, ਹਾਂ ਬਾਬਾ ਜੀ ਕਹਿੰਦੇ ਕਿਸ ਐਤਾਂ ਕਰਾਣੇ ਨੇ ਉਹ ਬਣਾਈ ਸੀ, ਪਹਿਲੇ ਬਣਾ ਕੇ ਰੱਖੀ ਸੀ, ਸਾਰਾ ਪ੍ਰੀ ਪਲੈਨਡ ਹੈ, ਸਾਰੇ ਖੱਗਲ ਹੋ ਗਏ ਨੇ, ਸਾਰੇ ਜਿਹੜੇ ਨਾ ਨੰਗੇ ਹੋ ਕੇ ਆ ਗਏ ਨੇ ਆਵਾਮ ਦੇ ਸਾਹਮਣੇ, ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਝੂਠ, ਆਪਣੇ ਮੂੰਹ ਤੇ ਲਵੋ ਇਹੋ ਜਿਹੇ ਝੂਠ, ਆਪਣੀਆਂ ਪੈਂਟਾਂ 'ਚ ਪਾਓ ਅਤੇ ਨਿਕਲੋ। ਹਾਂਜੀ ਬਾਬਾ ਜੀ ਕਹਿੰਦੇ ਆ ਨੂਰ ਜਹਾਂ ਦੇ ਵੀ ਸਹੀ ਕਿਹਾ ਆਪਣੇ ਮੁੰਡਿਆਂ ਬਾਰੇ, ਮੈਂ ਕਿਹਾ ਬਾਬਾ ਜੀ ਉਹਨੇ ਕੀ ਕਿਹਾ, ਬਾਬਾ ਜੀ ਕਹਿੰਦੇ ਇਹੀ ਹੈ ਕਿ ਜਾ ਰੇ ਜਾ ਝੂਠੇ ਆ, ਅਜੇ ਵੀ ਕਹਿ ਗਈ। ਮੈਂ ਕਿਹਾ ਬਾਬਾ ਜੀ ਅੱਜ ਬਹੁਤ ਤਪੇ ਨੇ, ਇਸ ਕਰਕੇ ਮੇਰੇ ਹਾਲੇ ਮੈਂ ਪ੍ਰੋਗਰਾਮ ਖਤਮ ਕਰਦਾ, ਇਸ ਤੋਂ ਪਹਿਲੇ ਕਿ ਬਾਬਾ ਜੀ ਜੁੱਤੀ ਚੁੱਕੇ ਤਾਂ ਮੈਨੂੰ ਸ਼ੁਰੂ ਹੋ ਜਾਣ, ਹਾਂ ਨਾ ਬੰਦਾ ਬਚੇ ਨਾ ਬੰਦੇ ਦੀ ਜਾਤ। ਹਾਂਜੀ ਅੱਜ ਕੰਮ ਹੀ ਇਹੋ ਜਿਹਾ ਕੀਤਾ ਵੀ ਤੁਸੀਂ ਨਾ ਇਹੋ ਜਿਹੇ ਕੰਮ ਕਰੋ, ਆਵਾਮ ਅਗਲੇ ਜੇ ਦੇਖੋ ਐਡਾ ਮਕਬੂਲ ਲੀਡਰ ਹੋ, ਹੈਂ ਐਡੀ ਵੱਡੀ ਪਾਰਟੀ, ਤੁਸੀਂ ਕਹੀ ਜਾਂਦੇ ਇੰਤਸ਼ਾਰ ਪਾਰਟੀ, ਇੰਤਸ਼ਾਰ ਪਾਰਟੀ, ਹਾਂ ਸਭ ਤੋਂ ਵੱਡੇ ਇੰਤਸ਼ਾਰੀ ਤੁਸੀਂ ਆਪ ਹੋ, ਹਾਂ ਜਿਹੜੇ ਕੰਮ ਕਰੇ ਇਹ ਬਾਬਾ ਜੀ ਕਹਿ ਰਹੇ ਨੇ, ਆਹੀ ਗੱਲ ਬਾਬਾ ਜੀ ਮੈਂ ਕਹਿੰਦੇ ਦੱਸ ਦਿਓ ਆ ਲਿਆ ਡਾਲਾ।